बहुत स्वागत है जी सारे विद्यार्थियों का। एक बार फिर हाजिर हाँ, बहुत ही महत्वपूर्ण प्रोग्राम है और साडे नाल मौजूद ने स्टडी स्केयर की टीम तो ऑस्ट्रेलिया के एक्सपर्ट मनप्रीत सिंह चीमा जी। ऑस्ट्रेलिया के नवंबर इनटेक के बहुत चंगे रिजल्ट स्टडी स्केयर के आए हैं और मनप्रीत चीमा जी ने बहुत सारे स्टूडेंट्स ऑटो ग्रांट वीजा लैके दते ने। हालांकि उन्होंने लक कितना कितने विद्यार्थियों की भी रही, पर बहुत सारे ऑटो ग्रांट वीजा भी स्टडी स्केयर की टीम ने हासिल किए ने। हुण जनवरी और फरवरी इनटेक तो पहला सब तो वड्डी विद्यार्थियों के इस गल की चिंता है कि की उन्हां दी प्रोफाइल ते वीजा या ऑटो ग्रांट मिलेगा। हुण अज मनप्रीत चीमा जी तो यह गल समझते हैं कि जिहड़ा ऑस्ट्रेलिया का फरवरी और जनवरी इनटेक है किस तरह के प्रोफाइल्स ने जिन्हां नूं ऑस्ट्रेलिया ज़्यादा वीजा देगा। नवंबर इनटेक दे विच कई अजिहे प्रोफाइल सी जिन्हां नूं रिजैक्शन मिली, पर जनवरी और फरवरी इनटेक दे विच एक खुशी वाली गल भी है कि ऑस्ट्रेलिया दीआं सारीआं लगभग वड्डीआं यूनिवर्सिटीज़ ने स्टेट बोर्ड्स दे स्टूडेंट्स नूं भी ऑफर लैटर्स दित्ते जा रहे हैं, भावें पंजाब बोर्ड है, भावें हरियाणा बोर्ड है, गुजरात बोर्ड है, या जी एंड के दा बोर्ड है, या हिमाचल बोर्ड है। सो जिहड़े रीजनल साढ़े बोर्ड्स ने CBSE, ये तो बिल्कुल ठीक है कि इन्हां नूं तां ऑफर लैटर पहला भी मिल रहे थे, पर रीजनल बोर्ड्स नूं भी जनवरी और फरवरी इनटेक दे विच ऑफर लैटर मिल रहे हैं। हुण प्रोफाइल समझना जरूरी है, किहड़े प्रोफाइल ने फंड्स जिहड़े उन्हां दी IT रिटर्न्स ने, सोर्सिस ऑफ फंड्स ने, ये तो है ही है, ये तो प्रक्रिया करनी पैनी है, पर प्रोफाइल भी बड़ी महत्वपूर्ण है। ਕਿਹੜੇ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਜ਼ਿਆਦਾ ਵੀਜ਼ਾ ਆਸਟ੍ਰੇਲੀਆ ਦੇ ਵਿੱਚੋਂ ਮਿਲਣਗੇ, ਕਿਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਵਿਦਿਆਰਥੀ ਜਾਣ, ਔਰ ਕਿਹੜੇ ਕਿਹੜੇ ਸਟ੍ਰੀਮਸ ਦੇ ਵਿਦਿਆਰਥੀਆਂ ਨੂੰ ਜ਼ਿਆਦਾ ਅਪਲਾਈ ਕਰਨਾ ਚਾਹੀਦਾ ਹੈ ਕੋਰਸ ਦੀ ਰੈਲੇਵੈਂਸੀ ਦੇ ਹਿਸਾਬ ਨਾਲ, ਆ ਸਾਰੇ ਪੁਆਇੰਟਸ ਦੇ ਉੱਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਮਨਪ੍ਰੀਤ ਚੀਮਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਹੈ, ਦੇਖੋ ਹਰ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਹਰ ਬੱਚੇ ਦੀ ਪ੍ਰੋਫਾਈਲ ਇਨ ਦਾ ਸੈਂਸ, ਕੋਈ ਬੱਚਾ ਨੋਨ ਮੈਡੀਕਲ ਤੋਂ ਬੈਕਗਰਾਊਂਡ ਤੋਂ ਹੈ, ਕੋਈ ਕਮਰਸ ਬੈਕਗਰਾਊਂਡ ਤੋਂ ਹੈ, ਕੋਈ ਆਰਟਸ ਤੋਂ ਹੈ, ਮੈਡੀਕਲ ਤੋਂ ਹੈ, ਬਟ ਚੰਗੀ ਪ੍ਰੋਫਾਈਲ ਅਸੀਂ ਕਿਹਨੂੰ ਬੋਲਦੇ ਹਾਂ? ਚੰਗੀ ਪ੍ਰੋਫਾਈਲ ਦੇਖੋ ਅਸੀਂ ਉਹਨੂੰ ਬੋਲਦੇ ਹਾਂ ਜਿਹੜਾ ਬੱਚਾ ਇੱਕ ਯੂਨੀਵਰਸਿਟੀ ਦੀ ਜਿਹੜੀ ਮਿਨੀਮਮ ਐਂਟਰੀ ਰਿਕੁਆਇਰਮੈਂਟ ਹੈਗੀ ਹੈ ਐਟਲੀਸਟ ਉਹਨੂੰ ਤਾਂ ਮੀਟ ਕਰੇ। ਮੰਨ ਲਓ ਕਿਸੇ ਕੋਈ ਯੂਨੀਵਰਸਿਟੀ ਬੋਲਦੀ ਹੈ ਕਿ ਸਾਨੂੰ 60-70% ਨੰਬਰ ਚਾਹੀਦੇ ਆ ਪਲੱਸ ਟੂ ਦੇ ਵਿੱਚ ਬੱਚੇ ਦੇ, ਤਾਂ ਉਹ ਸਾਡੀ ਯੂਨੀਵਰਸਿਟੀ 'ਚ ਆ ਸਕਦਾ। ਅਤੇ ਅਗਰ ਬੱਚੇ ਦੇ 70% ਨੰਬਰ ਹੈ ਜਾਂ ਯੂਨੀਵਰਸਿਟੀ ਬੋਲਦੀ ਹੈ ਕਿ ਸਾਨੂੰ ਫਾਈਨੈਂਸ਼ੀਅਲੀ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਇਨਕਮ ਹੈ ਉਹ ਸਾਲ ਦੀ 15 ਲੱਖ ਚਾਹੀਦੀ ਹੈ ਜਾਂ 12 ਲੱਖ ਚਾਹੀਦੀ ਹੈ, ਡਿਪੈਂਡ ਅਪੋਨ ਟੂ ਯੂਨੀਵਰਸਿਟੀ ਟੂ ਯੂਨੀਵਰਸਿਟੀ, ਔਰ ਉਹਨਾਂ ਦੇ ਪੇਰੈਂਟਸ ਦੀ ਇਨਕਮ ਵੀ ਪ੍ਰੋਪਰ ਹੈ ਜਿੰਨੀ ਉਹ ਯੂਨੀਵਰਸਿਟੀ ਮੰਗ ਰਹੀ ਹੈ। ਇੱਦਾਂ ਦੀ ਪ੍ਰੋਫਾਈਲ ਨੂੰ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਇਹਦੇ ਚਾਂਸਿਸ ਬਹੁਤ ਹਾਈ ਹੋ ਜਾਂਦੇ ਆ ਵੀਜ਼ਾ ਮਿਲਣ ਦੇ। ਉਹੀ ਅਗਰ ਕੋਈ ਪ੍ਰੋਫਾਈਲ ਹੈ, ਫੋਰ ਐਗਜ਼ਾਮਪਲ ਉਹੀ ਸੇਮ ਸਟੂਡੈਂਟ ਹੈ, ਉਹ ਅਕੈਡਮਿਕਲੀ ਤਾਂ ਠੀਕ ਹੈ ਲੇਕਿਨ ਫਾਈਨੈਂਸ਼ੀਅਲੀ ਉਹ ਕਹਿ ਰਿਹਾ ਜੀ ਸਾਡੇ ਤਾਂ ਪੇਰੈਂਟਸ ਦੀ ਇਨਕਮ ਹੀ 6-7 ਲੱਖ ਹੈ, ਉਹ ਨਾਲ 1-2 ਸਪੋਂਸਰਸ ਨੂੰ ਐਡ ਕਰ ਲੈਂਦੇ, ਉਹ ਕਿਤੇ ਨਾ ਕਿਤੇ ਪ੍ਰੋਫਾਈਲ ਥੋੜ੍ਹੀ ਜਿਹੀ, ਇੱਕ ਸਪੋਂਸਰ ਤਾਂ ਹਰ ਯੂਨੀਵਰਸਿਟੀ ਅਸੈਪਟ ਕਰ ਲੈਂਦੀ ਹੈ, ਬਟ ਕੋਸ਼ਿਸ਼ ਇਹੀ ਰੱਖੋ ਕਿ ਮਿਨੀਮਮ 70% ਜਿਹੜੀ ਫੰਡਿੰਗ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਹੀ ਸ਼ੋਅ ਕਰਨ। ਅਗਰ ਇਹ ਸਾਰੀਆਂ ਚੀਜ਼ਾਂ ਚੈੱਕਲਿਸਟ ਸਾਰੇ ਬੋਕਸਿਸ ਟਿਕ ਹੋ ਜਾਂਦੇ ਆ ਕਿ ਬੱਚੇ ਦੀ ਪਰਸੈਂਟੇਜ ਵੀ ਅੱਛੀ, ਆਇਲ ਸਕੋਰ 6.5 6 ਈਚ ਹੈ ਜਾਂ 6 ਈਚ ਹੈ ਪਲੱਸ ਟੂ ਵਾਲੇ ਬੱਚੇ ਦੇ, ਫਾਈਨੈਂਸ਼ੀਅਲੀ ਉਹਨਾਂ ਦੇ ਪੇਰੈਂਟਸ ਦੇ ਕੋਲ ITRs ਨੇ, ਫਾਈਨੈਂਸ਼ੀਅਲੀ ਸਟਰੋਂਗ ਹੈ, ਅਕਾਊਂਟ 'ਚ ਪੈਸਾ ਵਿਦ ਪ੍ਰੋਪਰ ਜਸਟੀਫਿਕੇਸ਼ਨ, ਅਸੀਂ ਕਹਾਂਗੇ ਇਟਸ ਅ ਜੈਨੂਇਨ ਪ੍ਰੋਫਾਈਲ, ਇਹਦੇ ਵੀਜ਼ਾ ਦੇ ਚਾਂਸਿਸ ਬਹੁਤ ਹਾਈ ਹੈ। ਉਹੀ ਔਨ ਦਾ ਅਦਰ ਹੈਂਡ, ਅਗਰ ਕੋਈ ਬੱਚਾ ਅਕੈਡਮਿਕਲੀ ਵੀਕ ਹੈ, ਅਸੀਂ ਉਹਨੂੰ ਯੂਨੀਵਰਸਿਟੀ ਦੀ ਬਜਾਏ ਅਸੀਂ ਉਹਨੂੰ ਕਾਲਜ ਦੇ ਥਰੂ ਜਾਂ ਆਪਾਂ ਡਿਪਲੋਮਾ ਟੂ ਡਿਗਰੀ ਦੇ ਵਿੱਚ ਅਪਲਾਈ ਕਰ ਰਹੇ ਹਾਂ, ਔਰ ਉਹ ਫਾਈਨੈਂਸ਼ੀਅਲੀ ਵੀ ਬਾਰਡਰ ਲਾਈਨ 'ਤੇ, ਇੱਦਾਂ ਦੀਆਂ ਪ੍ਰੋਫਾਈਲ 'ਚ ਕਦੀ ਕਦੀ ਸਾਨੂੰ ਡਾਊਟ ਹੋ ਜਾਂਦਾ ਕਿ ਸ਼ਾਇਦ ਮੇ ਬੀ ਹਾਈ ਕਮਿਸ਼ਨ ਵੀਜ਼ਾ ਇੰਨਾ ਈਜ਼ੀਲੀ ਨਾ ਦੇ, ਠੀਕ ਹੈ ਜੀ। ਤਾਂ ਇਹੀ ਇੱਕ ਚੀਜ਼ ਮੈਂ ਹਰ ਬੱਚੇ ਨੂੰ ਗਾਈਡ ਕਰੂੰਗਾ ਕਿ ਅਗਰ ਕੋਈ ਬੱਚਾ ਅਕੈਡਮਿਕਲੀ ਚੰਗਾ, ਚਾਹੇ ਉਹ ਪਲੱਸ ਟੂ ਵਾਲਾ ਚਾਹੇ ਬੈਚਲਰਸ ਵਾਲਾ, ਉਹ ਫਾਈਨੈਂਸ਼ੀਅਲੀ ਵੀ ਬਹੁਤ ਅੱਛੇ ਤਰੀਕੇ ਨਾਲ ਆਪਣੇ ਡਾਕੂਮੈਂਟਸ ਦਿਖਾਏ ਤਾਂ ਜੋ ਹਾਈ ਕਮਿਸ਼ਨ ਉਹਨੂੰ ਈਜ਼ੀਲੀ ਵੀਜ਼ਾ ਦੇ। ਦੇਖੋ ਅਗਰ ਕੋਈ ਬੱਚੇ ਦੇ 70% ਜਾਂ 65% ਹੈ, CBSE ਬੋਰਡ ਦਾ ਬੱਚਾ ਜਾਂ ਸਟੇਟ ਬੋਰਡ ਦਾ ਬੱਚਾ, ਉਹਦੇ 70-75% ਹੈ, 6 ਈ ਚਾਇਲਸ ਸਕੋਰ, ਉਹਨੂੰ ਡਿਪਲੋਮਾ 'ਚ ਅਪਲਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਡਾਇਰੈਕਟਲੀ ਬੈਚਲਰਸ ਲਈ ਐਲੀਜੀਬਲ ਹੈ। ਹਾਈ ਕਮਿਸ਼ਨ ਵੀ ਇਹ ਦੇਖਦਾ ਕਿ ਬੱਚਾ ਕਿੰਨਾ ਸੀਰੀਅਸ ਹੈ ਆਪਣੇ ਕਰੀਅਰ ਨੂੰ ਲੈ ਕੇ। ਅਗਰ ਬੱਚਾ ਸਿੱਧਾ ਬੈਚਲਰਸ ਲਈ ਐਲੀਜੀਬਲ ਸੀਗਾ, ਉਹਨੇ ਡਿਪਲੋਮਾ 'ਚ ਕਿਉਂ ਅਪਲਾਈ ਕੀਤਾ, ਤਾਂ ਵੀਜ਼ਾ ਆਫਿਸਰ ਨੂੰ ਕਿਤੇ ਨਾ ਕਿਤੇ ਡਾਊਟ ਹੋ ਜਾਂਦਾ, ਉਹਦੇ ਵਿੱਚ ਕੀ ਹੈ ਕਿ ਚਾਂਸਿਸ ਘੱਟ ਜਾਂਦੇ ਆ ਵੀਜ਼ਾ ਦੇ। ਡਿਪਲੋਮਾ ਥਰੂ ਉਹੀ ਬੱਚਾ ਜਾਏ ਜਿਹਦੇ ਜਾਂ ਤਾਂ ਆਈਲਸ 'ਚ ਸਕੋਰ ਘੱਟ ਹੈ ਜਾਂ ਅਕੈਡਮਿਕਲੀ ਉਹਦੇ ਉਨੇ ਸਟਰੋਂਗ ਸਕੋਰ ਨਹੀਂ ਹੈਗੇ ਜਿੰਨੇ ਕਿ ਇੱਕ ਬੈਚਲਰਸ ਦੇ ਵਿੱਚ ਜਾਣ ਲਈ ਹੈਗੇ ਹੈ।
ਦੋਨਾਂ 'ਚੋਂ ਇੱਕ ਚੀਜ਼ ਠੀਕ ਹੋਵੇ, ਇੱਕ ਥੋੜ੍ਹੀ ਜਿਹੀ ਵੀਕ ਹੋਵੇ, ਵੀਜ਼ਾ ਉਹਦੇ ਵਿੱਚ ਵੀ ਈਜ਼ਲੀ ਨਿਕਲ ਜਾਏਗਾ, ਬਿਕੋਜ਼ ਯੂਨੀਵਰਸਿਟੀਜ਼ ਦੇ ਹੀ ਆਪਣੇ ਕਾਲਜਿਸ ਨੇ ਜਿਹਦੇ ਵਿੱਚ ਉਹ 1 ਸਾਲ ਦਾ ਡਿਪਲੋਮਾ ਕਰਵਾ ਕੇ ਫਿਰ ਬੱਚੇ ਨੂੰ ਸੈਕਿੰਡ ਈਅਰ 'ਚ ਡਿਗਰੀ ਦੇ ਵਿੱਚ ਭੇਜਦੇ ਆ, ਕਿ ਉਹ ਜਿਹੜੇ ਸੈਕਿੰਡ ਈਅਰ ਵਾਲੇ ਬੱਚੇ ਆ ਡਿਗਰੀ ਵਾਲੇ ਉਹਨਾਂ ਦੇ ਲੈਵਲ 'ਤੇ ਆ ਜਾਏ ਉਹਨਾਂ ਦੀ ਨੌਲੇਜ, ਔਰ ਉਹ ਵੀ ਈਜ਼ਲੀ ਉਹਨਾਂ ਦੇ ਨਾਲ ਕੋਪ ਅਪ ਕਰਕੇ ਆਪਣੀ ਬੈਚਲਰਸ ਕੰਪਲੀਟ ਕਰ ਸਕਣ। ਐਟ ਦ ਐਂਡ ਆਫ ਦ ਡੇ ਮਿਲਣੀ ਬੈਚਲਰਸ ਡਿਗਰੀ ਹੀ ਹੈ ਬੱਚੇ ਨੂੰ, ਤਾਂ ਡਿਪਲੋਮਾ 'ਚ ਉਹੀ ਬੱਚਾ ਜਾਏ ਜਿਹੜਾ ਬੈਚਲਰਸ ਦੀ ਰਿਕੁਆਇਰਮੈਂਟ ਨਹੀਂ ਕੰਪਲੀਟ ਕਰ ਰਿਹਾ, ਔਰ ਬੈਚਲਰਸ 'ਚ ਬੱਚੇ ਬੈਚਲਰਸ ਵਾਲਾ ਬੱਚਾ ਡਿਪਲੋਮਾ 'ਚ ਕਦੀ ਨਾ ਅਪਲਾਈ ਕਰੇ, ਜਿਹੜਾ ਬੱਚਾ ਬੈਚਲਰਸ ਐਲੀਜੀਬਲ ਹੈ ਪਲੱਸ ਟੂ ਵਾਲਾ ਬੱਚਾ ਉਹ ਡਿਪਲੋਮਾ 'ਚ ਨਾ ਅਪਲਾਈ ਕਰੇ। ਜੀ ਬਹੁਤ ਬਹੁਤ ਧੰਨਵਾਦ। ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਮਨਪ੍ਰੀਤ ਚੀਮਾ ਜੀ ਨੇ। ਸੋ ਸਾਰੇ ਵਿਦਿਆਰਥੀ, ਅਗਰ ਉਹਨਾਂ ਦੇ ਜ਼ਿਹਨ 'ਚ ਕੋਈ ਕਨਫਿਊਜ਼ਨ ਹੈ ਤਾਂ ਸਕਰੀਨ 'ਤੇ ਨੰਬਰ ਹੈ, ਮਨਪ੍ਰੀਤ ਚੀਮਾ ਜੀ ਦੇ ਨਾਲ ਤੁਰੰਤ ਫੋਨ ਕਰਨ, ਚੰਡੀਗੜ੍ਹ ਆਫਿਸ ਦੇ ਵਿੱਚ ਉਹਨਾਂ ਨੂੰ ਪਰਸਨਲੀ ਜਾ ਕੇ ਮਿਲਣ, ਜਾਂ ਸਟੱਡੀ ਸਕੇਅਰ ਦੇ ਕਿਸੇ ਵੀ ਨੀਅਰ ਬਾਏ ਆਫਿਸ ਵਿਜ਼ਿਟ ਕਰਨ, ਪੂਰੀ ਕਲੈਰਿਟੀ ਦੇ ਨਾਲ ਉਹ ਅਪਲਾਈ ਕਰਨ। ਥੈਂਕ ਯੂ ਸੋ ਮਚ। ਥੈਂਕ ਯੂ।